शंभू ते खनौरी बार्डर दे उत्ते किसान बैठे ने अपनियां मंगां नूं लैके संघर्ष चल रहा। पिछले 26-27 दिन तो लगातार जिहड़े उह बार्डर दे उत्ते बैठे हुए ने किसान, इस वेले मौजूदा स्थिति की है, आने वाले दिनों च अंदोलन किहड़े वाले पासे जा सकता है, विच विचारे कई सवाल किसान आगुआं दे भी उत्ते उठ रहे ने, हाई कोर्ट भी कुछ कह रहा, बहुत सारे सवाल ने, इन्हां बारे गलबात करदे आ। किसान आगू सरवण सिंह पंधेर साहब साडे नाल ने। पंधेर साहब, किवें देखदे हो इस वेले किसान अंदोलन दी मौजूदा स्थिति, की नजर आ रहा तुहानू, कोई गलबात शुरू होण जा रही है, कोई गलबात हो सकती है कि गल तन पत्तर लग सकदी जां फिर नहीं? देखो, गलबात करना, तन पत्तर लाउणा, इह सरकार दे पाले च हुंदा, साडे पाले च तां नहीं। असी तां की चाह रहे आ, किहड़ियां साडियां मंगां, असी उहनां नूं क्लीयर करता। ठीक है, हुण सरकार किन्ना क देर तक देश दे किसानां दा सबर परखदी आ, ਵੀ ਕਿੰਨਾ ਕੁ ਸਾਨੂੰ ਜੋ ਕੇ ਵਿੰਦੀ ਆ, ਇਹ ਉਹ ਦੇਖਣਗੇ। ਪੰਦਰ ਸਾਹਿਬ, 21 ਤਰੀਕ ਨੂੰ ਗੱਲ ਇਹ ਸੀਗੀ ਕਿ ਕੇਂਦਰੀ ਖੇਤੀਬਾੜੀ ਮੰਤਰੀ ਸਾਹਿਬ ਦਾ ਬਿਆਨ ਵੀ ਆਇਆ ਸੀ ਕਿ ਗੱਲਬਾਤ ਸ਼ੁਰੂ ਹੋਣ ਜਾ ਰਹੀ ਹੈ, ਗੱਲਬਾਤ 5ਵੇਂ ਗੇੜ 'ਚ ਸ਼ਾਮਿਲ ਹੋਏਗੀ। ਉਹ ਗੱਲਬਾਤ ਕਿੱਥੇ ਟੁੱਟ ਗਈ, ਡੈਡਲੋਕ ਕਿਉਂ ਬਣ ਗਿਆ, ਉਸ ਤੋਂ ਬਾਅਦ ਗੱਲਬਾਤ ਕਿਉਂ ਨਹੀਂ ਹੋ ਸਕੀ? ਦੇਖੋ, ਗੱਲਬਾਤ ਚੱਲਦਿਆਂ ਚੱਲਦਿਆਂ ਖਨੌਰੀ ਦਾ ਸਾਰਾ ਕਾਂਡ ਆ ਗਿਆ ਸੀਗਾ ਸਾਹਮਣੇ। ਫਿਰ ਬਾਈ, ਉਸ ਮਾਹੌਲ ਦੇ ਵਿੱਚ ਗੱਲਬਾਤ ਜਾਰੀ ਰੱਖਣਾ ਤਾਂ ਮੈਨੂੰ ਲੱਗਦਾ ਕੋਈ ਠੀਕ ਨਹੀਂ ਸੀ ਹੈਗਾ, ਜੋ ਪਰਿਸਥਿਤੀਆਂ ਸੀ, ਤੋ ਇਸ ਕਰਕੇ ਫਿਰ ਗੱਲਬਾਤ ਅੱਗੇ ਨਹੀਂ ਤੁਰ ਸਕੀ। ਤੇ ਹੁਣ ਉਸ ਤੋਂ ਬਾਅਦ ਗੱਲਬਾਤ ਤੁਹਾਡੇ ਵੱਲੋਂ ਨਹੀਂ ਹੋ ਰਹੀ, ਪ੍ਰਸ਼ਾਸਨ ਵੱਲੋਂ ਨਹੀਂ, ਤੁਹਾਨੂੰ ਕੋਈ ਸੱਦਾ ਪੱਤਰ ਆ ਰਿਹਾ, ਕੋਈ ਪੰਜਾਬ ਗਵਰਨਮੈਂਟ ਵੀ ਵਿੱਚ ਚੋਣਕੀ ਕਰ ਰਹੀ ਸੀ, ਕਿੱਥੇ ਗੱਲ ਟੁੱਟ ਰਹੀ ਹੈ, ਗੱਲ ਕਿਉਂ ਨਹੀਂ ਦੁਬਾਰਾ ਹੋ ਪਾਈ? ਦੇਖੋ, ਇਹ ਤਾਂ ਸਰਕਾਰ ਬਿਹਤਰ ਦੱਸ ਸਕਦੀ ਹੈ। ਮੀਟਿੰਗ ਕਰਨਾ ਇਹ ਸਰਕਾਰ ਦੀ ਮਰਜ਼ੀ ਤੇ ਆ, ਮੀਟਿੰਗ ਦੇ ਵਿੱਚ ਗਿਆਨ ਪਤਾ ਲੱਗਦਾ ਵੀ ਕਿੱਥੇ ਗੱਲ ਹੋ ਰਹੀ ਕਿੱਥੇ ਨਹੀਂ ਹੋ ਰਹੀ। ਪਹਿਲੀ ਗੱਲਬਾਤ ਤਾਂ ਇੱਥੋਂ ਹੀ ਟੁੱਟੀ ਆ ਵੀ ਉਹ ਕੰਟਰੈਕਟ ਬੇਸ ਖੇਤੀ 'ਤੇ ਮਤਲਬ ਗੱਲ ਕਰਨਾ ਚਾਹੁੰਦੇ ਸੀ, ਪਿਊਸ਼ ਗੋਇਲ ਜੀ ਦਾ ਆਫਿਸ਼ਲੀ ਬਿਆਨ ਹੈਗਾ, ਉਹ ਆਪਾਂ ਰੱਦ ਕਰ ਦਿੱਤੀ। ਪਹਿਲੀ ਤਾਂ ਇਹੀ ਆ ਵੀ ਉੱਥੇ ਤਾਂ ਹੁਣ ਤਾਂ ਬਈ ਮੀਟਿੰਗ ਹੋਊਗੀ ਅਤੇ ਪੱਕਾ ਪਤਾ ਲੱਗੂ ਵੀ ਕਿੱਥੇ ਗੱਲ ਬਣਦੀ ਹੈ ਅਤੇ ਕਿੱਥੇ ਨਹੀਂ ਬਣਦੀ। ਪਰ ਉਹ ਪ੍ਰਪੋਜ਼ਲ ਕੇਂਦਰ ਲਿਆ ਰਿਹਾ, ਹੁਣ ਵੀ ਕਹਿੰਦੇ ਕਿ ਉਸਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਅਤੇ ਉਹਨੂੰ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ, 5 ਫਸਲਾਂ ਦੇ ਉੱਤੇ MSP ਲਾਗੂ ਕਰੇਗੀ ਕੇਂਦਰ। ਇਹ ਪ੍ਰਪੋਜ਼ਲ ਹੈਗਾ ਕੇਂਦਰ ਦਾ, ਜੇ ਲਾਗੂ ਹੋ ਜਾਂਦਾ ਤਾਂ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਫਾਇਦਾ ਕਿਸਾਨਾਂ ਨੂੰ ਹੋਏਗਾ? ਦੇਖੋ, ਕੰਟੈਕਟ ਬੇਸ ਖੇਤੀ ਨੂੰ ਅਸੀਂ ਮੁੱਢੋਂ ਰੱਦ ਕਰਦੇ, ਬਾਕੀ ਹੋਰ ਕੋਈ ਪ੍ਰਪੋਜ਼ਲ ਹੋਊਗੀ, ਮੀਡੀਆ 'ਚ ਆ ਜੇ, ਕਨਸੋਹਾਂ ਆ ਜਾਣ, ਉੱਤੇ ਕੋਈ ਕਮੈਂਟ ਕਰਨਾ ਮੇਰੇ ਖਿਆਲ ਠੀਕ ਨਹੀਂ ਹੈ। ਜਦੋਂ ਅਗਲੇ ਸਾਨੂੰ ਮੀਟਿੰਗ 'ਚ ਰੱਖਣਗੇ ਆਫਿਸ਼ੀਅਲੀ ਕੋਈ ਚੀਜ਼, ਫਿਰ ਅਸੀਂ ਦੇਖਾਂਗੇ ਆਪਦੇ ਦੋਵਾਂ ਫੋਰਮਾਂ ਲਈ ਵੀ ਸਾਡੇ ਲਈ ਕੀ ਠੀਕ ਹੈ ਕੀ ਗਲਤ ਆ। ਪੰਦੇਰ ਸਾਹਿਬ, 26-27 ਦਿਨ ਤੁਹਾਨੂੰ ਇੱਥੇ ਬੈਠਿਆਂ ਨੂੰ ਹੋ ਗਏ, ਬਹੁਤ ਸਵਾਲ ਖੜੇ ਹੋ ਰਹੇ ਨੇ, ਲੀਡਰਸ਼ਿਪ ਦੇ ਉੱਤੇ ਵੀ ਬਹੁਤ ਸਵਾਲ ਉੱਠ ਰਹੇ ਨੇ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਇੱਕ ਗੱਲ ਇਹ ਵੀ ਚੱਲ ਰਹੀ ਹੈ ਕਿ ਏਕਾ ਹੋਣਾ ਚਾਹੀਦਾ ਸੀ, ਉਹ ਨਹੀਂ ਹੋ ਪਾਇਆ, ਕੁਛ ਦੇ ਵਿੱਚ ਦੋਸ਼ ਦੂਜੀ ਧਿਰ ਨੂੰ ਆਉਂਦਾ, ਕਈ ਤੁਹਾਨੂੰ ਦੇ ਰਹੇ ਨੇ। ਪਿਛਲੇ ਦਿਨਾਂ 'ਚ ਗੱਲ ਇਹ ਹੋਈ ਕਿ ਕਿਸਾਨ ਸਰਕਾਰ ਨਾਲ ਤਾਂ ਕੀ ਲੜਨਾ ਸੀ, ਆਪਸ 'ਚ ਲੜੀ ਜਾਂਦੇ ਨੇ, ਇਹ ਉਹਨਾਂ ਨੂੰ ਕਹਿਤਾ, ਉਹਨਾਂ ਨੇ ਇਹਨਾਂ ਨੂੰ ਕਹਿਤਾ, ਇਸ ਗੱਲ ਕਰਕੇ ਵੀ ਕਿਸਾਨ ਅੰਦੋਲਨ ਦੇ ਵਿੱਚ ਥੋੜ੍ਹਾ ਡੈਮੇਜ ਹੋਇਆ, ਇਹਨੂੰ ਕਿਵੇਂ ਦੇਖਿਆ? ਦੇਖੋ, ਮੈਨੂੰ ਨਹੀਂ ਲੱਗਦਾ ਕੱਲ ਦਾ ਇਕੱਠ ਕਿਸੇ ਡੈਮੇਜ ਦਾ ਸੰਕੇਤ ਦੇ ਰਿਹਾ। ਲੋਕ ਤਾਂ ਲੜਨਾ ਚਾਹ ਰਹੇ, ਲੜ ਰਹੇ, ਲੋਕ ਦੁਖੀ ਨੇ ਤਾਂ ਹੀ। ਲੋਕ ਤਾਂ ਲੜਨਾ ਚਾਹ ਰਹੇ, ਪਰ ਕਿਸਾਨ ਆਗੂ ਜਿਸ ਤਰ੍ਹਾਂ ਅਗਵਾਈ ਦੇਣੀ ਸੀ ਉਸ ਤਰ੍ਹਾਂ ਨਹੀਂ ਦੇ ਰਹੇ, ਆਪਸ ਦੇ ਵਿੱਚ ਲੜ ਰਹੇ ਨੇ, ਉਹ ਕਹਿੰਦੇ ਜੀ ਉਹਨਾਂ ਨੇ ਆਉਣਾ, ਆ ਜਾਓ, ਉਹ ਕਹਿੰਦੇ ਜੀ ਉਹ ਗਲਤ ਕਰ ਰਹੇ ਨੇ ਜੀ, ਅਸੀਂ ਨਹੀਂ ਜਾਣਾ ਜੀ, ਇਹ ਜੀ ਉਹ ਜੀ, ਮਤਲਬ ਇਹ ਬਹੁਤ ਇੱਕ ਲੌਜਿਕ ਦਿੱਤੇ ਜਾ ਰਹੇ ਨੇ। ਪੰਦੇਰ ਸਾਹਿਬ, ਜਿਹੜਾ ਦਿੱਲੀ ਅੰਦੋਲਨ ਸੀ ਉਹਦੇ ਵਿੱਚ ਏਕਤਾ ਦੇ ਨਾਲ ਜਿੱਤ ਹੋਈ ਸੀ, ਤੁਹਾਨੂੰ ਲੱਗਦਾ ਕਿ ਇੱਥੇ ਵਖਰੇਵਿਆਂ ਦੇ ਨਾਲ ਉਹ ਹੋ ਸਕਦਾ, ਕੋਈ ਜਿੱਤ ਪ੍ਰਾਪਤ ਹੋ ਸਕਦੀ? ਦੋ ਤੁਹਾਡੇ ਆਪ ਦੀ ਗੱਲ ਵਿੱਚ ਦੋਹਰੇ ਮਾਪਦੰਡ ਨੇ, ਇੱਕ ਤਾਂ ਲੋਕ ਆ ਰਹੇ ਨੇ, ਲੋਕ ਲੜਨਾ ਚਾਹ ਰਹੇ ਨੇ, ਕਿਸੇ ਲੀਡਰਸ਼ਿਪ ਦੀ ਗਵਾਹੀ ਕਰਕੇ ਹੀ ਲੜ ਰਹੇ ਨੇ ਨਾ, ਆਪ ਮਾਰੇ ਤਾਂ ਨਹੀਂ ਲੜ ਰਹੇ, ਕਿਸੇ ਲੀਡਰਸ਼ਿਪ ਨੇ ਗਵਾਹੀ ਦਿੱਤੀ ਆ, ਗਵਾਹੀ ਕਰਕੇ ਹੀ ਲੋਕ ਆ ਰਹੇ, ਤੇ ਲੋਕ ਲੜਨਾ ਵੀ ਚਾਹ ਰਹੇ, ਜੇ ਗਵਾਹੀ ਨਾ ਹੁੰਦੀ, ਦਰੁਸਤ ਨਾ ਹੁੰਦੀ ਤਾਂ ਲੜਦੇ ਕਿਵੇਂ? ਇੱਕ ਤਾਂ ਇਹੀ ਆ। ਦੂਜੀ ਗੱਲ ਹੈਗੀ ਆ ਵੀ ਦੇਖੋ ਵੀ ਮਤਲਬ ਕਈ ਵਾਰੀ ਚੀਜ਼ਾਂ ਸਰਕਾਰ ਨੂੰ ਵਧੀਆ ਲੱਗਦੀਆਂ ਨੇ, ਠੀਕ ਆ, ਮੰਨ ਲਓ ਜਿੰਨੀ ਵੀ ਡਿਬੇਟ ਚੈਨਲਾਂ 'ਤੇ ਆਊਗੀ ਵੀ ਕਿਸਾਨ ਫਲਾਣਾ ਆਹ ਕਰ ਰਿਹਾ ਉਹ ਕਰ ਰਿਹਾ, ਉਹ ਭਾਜਪਾ ਦੇ ਹੱਕ 'ਚ ਭੁਗਤੂਗੀ, ਠੀਕ ਆ, ਕਈਆਂ ਨੂੰ ਇਹ ਠੀਕ ਲੱਗਦਾ ਹੈਗਾ, ਸਾਨੂੰ ਨਹੀਂ ਕੋਈ ਰੌਲਾ ਹੈਗਾ। ਮੰਨ ਲਓ ਜੇ ਸਾਡੇ ਭਰਾਵਾਂ ਨਾਲ ਕੋਈ ਵਿਚਾਰਕ ਕੋਈ ਅੰਦੋਲਨ ਲੈ ਕੇ ਗੱਲਬਾਤ ਹੈਗੀ, ਜੀ ਅਸੀਂ ਅੰਦਰ ਬਹਿ ਕੇ ਨਿਬੜ ਲਾਂਗੇ, ਇਹ ਅੰਦਰ ਦਾ ਇਸ਼ੂ ਹੈ। ਪਰ ਅੰਦਰ ਬਹਿ ਕੇ ਤਾਂ ਨਹੀਂ ਨਿਬੜਿਆ ਜਾ ਰਿਹਾ, ਤੁਸੀਂ ਵੀ ਪ੍ਰੈਸ ਕਾਨਫਰੰਸ ਕਰਕੇ ਹੀ ਬਿਆਨ ਦੇ ਰਹੇ ਹੋ, ਉਹ ਵੀ ਪ੍ਰੈਸ ਕਾਨਫਰੰਸ ਕਰਕੇ ਬਿਆਨ ਦੇ ਰਹੇ ਹੋ, ਅੰਦਰ ਵੜ ਕੇ ਤਾਂ ਕਦੇ ਗੱਲ ਹੀ ਨਹੀਂ ਹੋ ਰਹੀ ਤੁਹਾਡੀ। ਤੁਸੀਂ ਦੱਸੋ ਤੁਹਾਡੇ ਨਾਲ ਕਦੋਂ ਪ੍ਰੈਸ ਕਾਨਫਰੰਸ ਅਸੀਂ ਜਵਾਬ ਦਿੱਤਾ ਇਹਨਾਂ ਗੱਲਾਂ ਦਾ?
ਤੁਸੀਂ ਦਿੱਤਾ ਨਾ ਵੀ ਸਾਡੀ ਉਗਰਾਹਾਂ ਸਾਹਿਬ ਨਾਲ ਇੰਨੀ ਮੀਟਿੰਗ ਹੋਈ ਹੈ, ਚੜੂਨੀ ਸਾਹਿਬ ਨਾਲ ਇੰਨੀ ਮੀਟਿੰਗ ਹੋਈਆਂ ਨੇ, ਐਸ ਕੇ ਐਮ ਨੇ ਸਾਡੀ ਬਾਂਹ ਨਹੀਂ ਫੜੀ, ਅਸੀਂ ਉਹਨਾਂ ਨੂੰ ਬਹੁਤ ਮਿੰਨਤਾਂ ਤਰਲੇ ਕਰਦੇ ਰਹੇ ਭਨੇਰ ਸਾਹਿਬ, ਤੁਸੀਂ ਖੁਦ ਕਹਿੰਦੇ ਰਹੇ ਉਧਰ ਰਜਿਸਟਰ ਦਿਖਾ ਕੇ ਕਿ ਅਸੀਂ ਇੰਨੀ ਇੰਨੀ ਵਾਰ ਜਾ ਕੇ ਉਹਨਾਂ ਨਾਲ ਮੀਟਿੰਗ ਕੀਤੀ, ਉਹਨਾਂ ਨੇ ਸਾਡੇ ਨਾਲ ਕੋਈ ਗੱਲ ਕਿਸੇ ਤਣ ਪੱਤਨ ਨਹੀਂ ਲਾਈ। ਮੈਨੂੰ ਲੱਗਦਾ ਇਸ ਗੱਲ ਦਾ ਨਹੀਂ ਅਸੀਂ ਕਿਹਾ ਵੀ ਕਿਸੇ ਨੇ, ਅਸੀਂ ਤਾਂ ਇਸ ਗੱਲ ਦਾ ਜਵਾਬ ਦਿੱਤਾ ਵੀ ਬਾਈ ਕਹਿੰਦੇ ਸੀ ਵੀ ਸਾਨੂੰ ਸੱਦਿਆ ਨਹੀਂ ਹੈ, ਅਸੀਂ ਤਾਂ ਉਸ ਗੱਲ ਸਾਫ਼ ਕੀਤੀ। ਜਵਾਬ ਦੇਣਾ ਤੇ ਆਪਦੇ ਪੱਖ ਨੂੰ ਸਾਫ਼ ਕਰਨਾ ਦੋਵਾਂ ਗੱਲਾਂ 'ਚ ਫਰਕ ਹੁੰਦਾ, ਅਸੀਂ ਆਪਦਾ ਪੱਖ ਸਾਫ਼ ਕੀਤਾ। ਐਸ ਕੇ ਐਮ ਕਹਿ ਰਿਹਾ ਇਸ ਵੇਲੇ ਕਿ ਅਸੀਂ 6 ਮੈਂਬਰੀ ਕਮੇਟੀ ਬਣਾਤੀ ਹੈ, ਗੱਲਬਾਤ ਉਹ ਕਰੇਗੀ, ਕੋਈ ਗੱਲਬਾਤ ਲਈ ਤੁਹਾਨੂੰ ਆਈ ਗੱਲ ਪ੍ਰਪੋਜ਼ਲ ਆਈ ਹੈ ਕੋਈ ਗੱਲਬਾਤ? ਦੇਖੋ ਉਹਨਾਂ ਦੀ ਚਿੱਠੀ ਸਾਰੀ ਦੇਖੋ, ਤੁਹਾਡੇ ਕੋਲ ਵੀ ਗਈ ਆ, ਤੁਹਾਡਾ ਚੈਨਲ ਉੱਤੇ ਟਿਕਟ ਟਿੱਪਣੀ ਵੀ ਕਰ ਰਿਹਾ, ਤੁਹਾਡੇ ਕੋਲ ਤਾਂ ਪਹਿਲਾਂ ਗਈ ਹੋਈ ਆ, ਤਾਂ ਇਸ ਕਰਕੇ ਵੀ ਚਿੱਠੀ ਤਾਂ ਆਈ ਹੋਈ ਆ, ਅਸੀਂ ਉਹਦਾ ਵਿਚਾਰ ਕੇ ਹੁਣ ਉਹਦੇ ਨਾਲ ਗੱਲ ਕਰਾਂਗੇ। ਇਕੱਠੇ ਹੋ ਸਕਦੇ ਹੋ ਜਾਂ ਨਹੀਂ ਭਨੇਰ ਸਾਹਿਬ ਇਸ ਵੇਲੇ? ਦੇਖੋ ਮੈਂ ਕਹਿੰਦਾ ਕੋਈ ਵੀ ਏਕਤਾ ਦਾ ਵਿਰੋਧੀ ਨਹੀਂ ਹੈ, ਠੀਕ ਆ, ਪਰ ਏਕਤਾ ਦਾ ਸੰਬੰਧ ਅੰਦੋਲਨ ਨਾਲ ਨਹੀਂ ਹੈ। ਕਈ ਵਾਰ ਚੀਜ਼ਾਂ ਹੁੰਦੀਆਂ ਨਾ ਉਹਦਾ, ਦੇਖੋ ਏਕਤਾ ਦਾ ਸੰਬੰਧ ਕਈ ਚੀਜ਼ਾਂ ਨਾਲ ਹੈ, ਵੀ ਜਾਣੀ ਏਕਤਾ ਦੇ ਵਿੱਚ ਇਹ ਕਿਹੜੀ ਗੱਲ ਦੇ ਅੜਿੱਕੇ ਨੇ। ਪਹਿਲਾ ਗੱਲ ਤਾਂ ਇਹਦਾ ਅੜਿੱਕਾ ਸੀ ਵੀ ਇੱਕ ਹੱਦ ਤੱਕ ਮਤਲਬ ਕਈ ਚੈਨਲਾਂ ਨੂੰ ਜਿਹੜੇ ਟਿਕਟ ਟਿੱਪਣੀ ਕਰ, ਉਹਨਾਂ ਨੂੰ ਵੀ ਲੱਗਦਾ ਸੀ ਵੀ ਅੰਦੋਲਨ ਨਹੀਂ ਬਣ ਸਕਦਾ, ਸਾਡੇ ਭਰਾਵਾਂ ਨੂੰ ਵੀ ਲੱਗਦਾ ਸੀ ਵੀ ਅੰਦੋਲਨ ਬਣ ਨਹੀਂ ਸਕਦਾ, ਵੀ ਅੰਦੋਲਨ ਏਡੀ ਛੇਤੀ ਲੜਿਆ ਨਹੀਂ ਜਾ ਸਕਦਾ, ਸਦੀਆਂ ਬਾਅਦ ਅੰਦੋਲਨ ਬਣਦੇ ਨੇ। ਚੱਲ ਇਹ ਗੱਲ ਤਾਂ ਸਾਫ਼ ਹੋ ਗਈ, ਅੱਜ ਅੰਦੋਲਨ ਬਣ ਗਿਆ, ਠੀਕ ਹੈ, ਸਭ ਤੋਂ ਵੱਡਾ ਅੜਿੱਕਾ ਇਹੀ ਸੀ। ਚੱਲ ਜੇ ਹੁਣ ਅੰਦੋਲਨ ਬਣ ਗਿਆ, ਕਈ ਜਣ ਲੱਗਦਾ ਵੀ ਬਾਈ ਤੁਸੀਂ ਤਾਂ ਕਹਿੰਦੇ ਜੇ ਵੀ ਸਾਡੇ ਵਿੱਚ ਮਰਜ ਹੋ ਜਾਓ, ਸ਼ਾਇਦ ਉਹਨਾਂ ਨੂੰ ਠੀਕ ਨਾ ਲੱਗੇ, ਠੀਕ ਹੈ ਵੀ ਆ ਸਾਡਾ, ਅਸੀਂ ਤਾਂ ਉੱਪਰ ਕਹਿੰਦੇ ਰਹੇ ਨਾ ਸਾਰੇ ਚੈਨਲਾਂ ਦੇ ਵੀ ਸਾਡਾ ਇੱਕ ਦੋਵਾਂ ਫੋਰਮਾਂ ਤੱਕ ਜਾਪਤਾ ਬਾਈ ਵੀ ਕੋਈ ਆ ਜੇ। ਹਾਂ ਜੇ ਕਿਸੇ ਨੂੰ ਲੱਗਦਾ ਵੀ ਯਾਰ ਤੁਹਾਡੇ 'ਚ ਮਰਜ ਨਹੀਂ ਹੋਣਾ, ਇਹ ਤੁਹਾਡੀਆਂ ਕੰਡੀਸ਼ਨਾਂ ਸਾਨੂੰ ਵਾਰਾ ਨਹੀਂ, ਕਹਿ ਅਸੀਂ ਕਿਹੜੇ ਤਾਲਮੇਲਵਾਂ ਕਰ ਲਓ, ਠੀਕ, ਉਹਦੇ ਵਾਸਤੇ ਕੀ ਘੱਟੋ ਘੱਟ ਕਾਤੇ ਏਕਾ ਹੋ ਸਕਦੀ, ਵੱਧੋ ਵੱਧ ਕਾਤੇ ਹੁੰਦੀ ਚਰਚਾ ਹੋ ਸਕਦੀ। ਸਭ ਦਿੱਲੀ ਚੱਲਣ ਦਾ ਨਾਰਾ ਤੁਸੀਂ ਦੇ ਕੇ ਇੱਥੇ ਆਏ ਸੀ, ਬਾਰਡਰਾਂ ਦੇ ਉੱਤੇ ਬੈਠੇ ਹੋ, ਇਸ ਵੇਲੇ ਉਹ ਨਾਰੇ ਦਾ ਕੀ ਬਣਿਆ? ਕੀ ਦਿੱਲੀ ਜਾਣ ਦੀ ਕੋਈ ਅਗਲੀ ਤਿਆਰੀ ਤੁਹਾਡੀ ਹੈ ਜਾਂ ਫਿਰ ਇੱਥੇ ਬਾਰਡਰਾਂ ਤੇ ਬੈਠ ਕੇ ਹੀ ਕਿਸਾਨ ਅੰਦੋਲਨ ਜਿਹੜਾ ਹੁਣ ਸੰਘਰਸ਼ ਲੜਿਆ ਜਾਣਾ? ਦੋਵੇਂ ਨਾਰੇ ਅਸੀਂ ਸਾਫ਼ ਕਰਤੇ ਬਾਈ। ਇੱਕ ਜਿਹੜੇ ਕਹਿੰਦੇ ਸੀ ਵੀ ਟਰੈਕਟਰ ਟਰਾਲੀਆਂ ਛੱਡ ਜੋ ਫੇਰ ਜਾਣਾ, ਇੱਕ ਕਹਿੰਦੇ ਸੀ ਪੰਜਾਬ ਦਾ ਅੰਦੋਲਨ ਹੈ। ਹਾਂ ਕਿਸੇ ਬੁੱਧੀਜੀਵੀ ਚ ਨਾ ਸਾਫ਼ ਕਰ ਸਕੇ ਹੋਈਏ, ਕਿਸੇ ਵਿਅਕਤੀ ਨੂੰ ਸਾਫ਼, ਅਸੀਂ ਸਰਕਾਰ ਪੱਖੋਂ ਦੋਵੇਂ ਸਾਫ਼ ਕਰਤੇ। ਜਦੋਂ ਸਾਡੇ ਹੋਰ ਦੇਸ਼ ਦੇ ਹਿੱਸੇ ਦਿੱਲੀ ਵੱਲ ਵਧੇ ਨੇ, ਇਹਨਾਂ ਦੀ ਬਕੌਲ ਸੀਗਾ ਵੀ ਇਹ ਦੇਸ਼ ਦਾ ਅੰਦੋਲਨ ਨਹੀਂ, ਪੰਜਾਬ ਹਰਿਆਣਾ ਜਾਣਾ, ਤੇ ਫਿਰ ਇਹ ਫੋਰਸ ਕਿਉਂ ਲਾ ਕੇ ਬੈਠੇ ਸੀ ਚਾਰ ਸਪਰੇ ਦਿੱਲੀ ਦੇ? ਉੱਥੇ ਧਾਰਾ 144 ਕੋਲ ਆਈ ਸੀ। ਇਹਦਾ ਮਤਲਬ ਸਰਕਾਰ ਨੇ ਖੁਦ ਮੰਨ ਲਿਆ ਵੀ ਇਹ ਦੇਸ਼ ਦਾ ਅੰਦੋਲਨ ਆ, ਭਾਵੇਂ ਕਿਤੋਂ ਗਿਣਤੀ ਘੱਟ ਆ ਸਕਦੀ ਆ। ਤੇ ਜਦੋਂ ਚੜੇ ਨੇ ਉਹਨਾਂ ਨੇ ਗ੍ਰਿਫਤਾਰੀਆਂ ਕੀਤੀਆਂ ਵਾ, ਉਹਨਾਂ ਨੇ ਡਿਟੇਨ ਕੀਤੇ, ਕਿਸੇ ਨੂੰ ਵੜ ਨਹੀਂ ਦਿੱਤਾ। ਟਰੈਕਟਰ ਟਰਾਲੀਆਂ ਵਾਲੀ ਗੱਲ ਅਸੀਂ ਸਾਫ਼ ਕਰਤੀ ਵੀ ਇਹ ਦਿੱਲੀ 'ਚ ਕਿਸੇ ਨੂੰ ਜਾਣ ਦੇਣਾ ਹੀ ਨਹੀਂ ਚਾਹੁੰਦੇ। ਦੂਜਾ ਅਸੀਂ ਇਹ ਸਾਫ਼ ਕਰ ਲਿਆ ਵੀ ਦੇਖੋ ਦਿੱਲੀ ਜਾਣ ਵਾਲੀ ਗੱਲ 'ਤੇ ਅਸੀਂ ਅੱਜ ਵੀ ਕਾਇਮ ਆ, ਖੜੇ ਹਾਂ, ਠੀਕ ਆ, ਪਰ ਹੁਣ ਸਰਕਾਰ ਜਦੋਂ ਅਗਲੇ ਬੰਨੇ ਗੋਲੀਆਂ ਮਾਰਦੀ ਆ, ਇਹਦੇ ਰਿਸਕ 'ਤੇ ਅਗਲੇ ਬੰਨੇ ਨਹੀਂ ਵਧਾਂਗੇ। ਤਾਂ ਮਤਲਬ 20 ਪੀਸੀਆਂ 'ਚ ਆਪਾਂ ਕਹਿਤਾ, 10 'ਚ ਕਹਿਤਾ, ਠੀਕ ਆ। ਮੈਨੂੰ ਕਈ ਵਾਰੀ ਲੱਗਦਾ ਵੀ ਜਿਹੜੀ ਗੱਲ ਅਸੀਂ ਆਪਣੀ ਭਰਾਵਾਂ ਹੀ ਕਰਦੇ ਹਾਂ ਉਹ ਜ਼ਿਆਦਾ ਪਤਾ ਲੱਗਦੀ ਆ ਦੂਜਿਆਂ ਨੂੰ, ਜਿਹੜੀ ਅਸੀਂ ਇਹ ਸਾਫ਼ ਕਰਦੇ ਉਹ ਦੂਜਿਆਂ ਤੱਕ ਜਾਂਦੀ ਨਹੀਂ ਹੈਗੀ। ਤਾਂ ਅਸੀਂ ਤਾਂ ਸਾਫ਼ ਕਰਦਾ ਬਾਈ ਜਦੋਂ ਸਾਨੂੰ ਰਾਹ ਦੇਣਗੇ ਅਸੀਂ ਉਦੋਂ ਦਿੱਲੀ ਜਾਵਾਂਗੇ, ਨਹੀਂ ਜਿੰਨਾ ਚਿਰ ਰਾਹ ਦਿੰਦੇ ਬਈ ਇੱਥੇ ਬਹਿ ਕੇ ਅੰਦੋਲਨ ਚਲਾਵਾਂਗੇ। ਪੰਦਰ ਸਾਹਿਬ ਇੱਕ ਗੱਲ ਹੋਰ ਹੈ, ਹਾਈ ਕੋਰਟ ਨੇ ਵੀ ਟਿੱਪਣੀਆਂ ਕੀਤੀਆਂ ਨੇ, ਉਹ ਕਹਿੰਦੇ ਨੇ ਕਿ ਕਿਸਾਨ ਆਗੂ ਨੂੰ ਚਨਾਈ ਭੇਜ ਦੇਣਾ ਚਾਹੀਦਾ, ਇਹ ਜਵਾਕਾਂ ਨੂੰ ਅੱਗੇ ਲਾ ਕੇ ਉਹਨਾਂ ਨੂੰ ਉਹਨਾਂ ਦੀ ਆੜ ਦੇ ਵਿੱਚ ਅੰਦੋਲਨ ਕਰ ਰਹੇ ਨੇ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਮੈਨੂੰ ਲੱਗਦਾ ਜਿਹੜੀ ਸਰਕਾਰ ਦੀ ਇਹ ਮਾਣਯੋਗ ਦੀ ਹਾਈ ਕੋਰਟ ਦੀ ਟਿੱਪਣੀ ਹੈ, ਇਹ ਲਿਖਤ 'ਚ ਨਹੀਂ ਆਈ ਹੈਗੀ। ਇਹ ਵਰਬਲੀ ਕਿਹੜਾ ਲਾਗੇ ਬੈਠਾ ਸੀ, ਕਿਹੜਾ ਰਿਕਾਰਡਿੰਗ ਕਰ ਰਿਹਾ ਸੀ, ਕਿਸ ਚੈਨਲ ਕੋਲ ਪੁਸ਼ਟੀ ਹੈਗੀ ਤਾਂ ਉਹ ਦੱਸ ਸਕਦਾ, ਜਿਹੜਾ ਉਹਨਾਂ ਨੇ ਲਿਖਤੀ ਕੀਤਾ ਉਹਦੇ ਵਿੱਚ ਇਹ ਟਿੱਪਣੀ ਹੈ ਨਹੀਂ। ਦੂਸਰਾ ਦੇਖੋ ਦੇਸ਼ ਦਾ ਖੇਤੀਬਾੜੀ ਦਾ ਅਰਥਚਾਰਾ ਵਾ, ਉਹਦੇ ਵਿੱਚ ਔਰਤਾਂ 100% ਕੰਮ ਕਰਦੀਆਂ, ਠੀਕ ਆ। ਕਈਆਂ ਸੂਬਿਆਂ ਵਿੱਚ ਤਾਂ ਔਰਤ ਜ਼ਿਆਦਾ ਕੰਮ ਕਰਦੀ ਆ, ਪਸ਼ੂ ਸਾਂਭਦੀ ਆ, ਖੇਤੀ ਸਾਂਭਦੀ ਆ, ਔਰ ਉਹਦਾ ਅੰਦੋਲਨ ਵਿੱਚ ਆਉਣਾ ਤੈਅ ਆ ਵੀ ਉਹ ਅੰਦੋਲਨ 'ਚ ਆਉਂਦੀ ਆ। ਜਦੋਂ ਉਹ ਅੰਦੋਲਨ 'ਚ ਆਊਗੀ ਤਾਂ ਉਹਦੇ ਨਾਲ ਬੱਚੇ ਵੀ ਆਉਣਗੇ। ਹੁਣ ਸਾਡੀ ਪੰਜਾਬ ਦੀ ਸਥਿਤੀ ਆ ਵੀ ਪੰਜਾਬ ਦੇ ਲੋਕ ਅੰਮ੍ਰਿਤਧਾਰੀ ਆ, ਹੋ ਸਕਦਾ ਛੋਟੇ ਬੱਚੇ ਕੋਲ ਵੀ ਸਿਰੀ ਸਾਹਿਬ ਹੋਵੇ, ਹੋ ਸਕਦਾ ਵੱਡੇ ਕਿਸਾਨ ਕੋਲ ਵੀ ਸਾਡੀ ਕਿਰਪਾਨ ਹੋਵੇ। ਹੁਣ ਇਹਨਾਂ ਨੂੰ ਹਥਿਆਰ ਦੱਸਣਾ ਇਹ ਮੈਨੂੰ ਲੱਗਦਾ ਵਾਜਬ ਨਹੀਂ ਹੈ। ਸੈਕਿੰਡ, ਹਰਿਆਣਾ ਸਰਕਾਰ ਕਿਉਂ ਸਾਡਾ ਪੱਖ ਪੇਸ਼ ਕਰੂ? ਉਹ ਤਾਂ ਆਪਦੀ ਵੀਡੀਓ ਆਪਦੇ ਢੰਗ ਨਾਲ ਪੇਸ਼ ਕਰੂ। ਅਦਾਲਤ ਦੀ ਇੱਕ ਸੀਮਤਾ ਹੀ ਹੁੰਦੀ ਹੈ, ਜੋ ਉਹਦੇ ਕੋਲ ਤੱਥ ਪੇਸ਼ ਕੀਤੇ ਉਹਨੇ ਉਹਦੇ ਆਧਾਰ 'ਤੇ ਟਿੱਪਣੀ ਕਰਨੀ ਹੁੰਦੀ ਹੈ, ਠੀਕ ਆ। ਟਿੱਪਣੀਆਂ ਸਰਕਾਰ ਵਾਲੇ ਪਾਸੇ ਵੀ 500 ਕੀਤੀਆਂ, ਸਖ਼ਤ ਇੱਧਰ ਵੀ ਕਰਤੀਆਂ,
पर इस करके अभी जड़ी चीज कई बार मीडिया नूं ज्यादा चंगी लगती चला लेंदे हुंदे आ। पंडित साहब इस अंदोलन का इस वेले तुहानूं विजन की नजर आ रहा कि यह अंदोलन इसे तरह जिदा तुसीं बैठे हो इसे तरह बैठे बैठे जीत सकते हैं या फिर जिदा उत्थे सीगी लड़ाई दिल्ली दे विच भी तीन जिहड़े कानून ने यह वापस करो उस तों बाद असीं वापस जा सकते हैं ਤੁਹਾਡੀ ਕੀ ਹੈ ਇਸ ਵੇਲੇ ਤੁਸੀਂ ਕੀ ਸੋਚ ਰਹੇ ਲੀਡਰਸ਼ਿਪ ਕੀ ਸੋਚ ਰਹੀ ਹੈ ਕਿ MSP ਲੈਣੀ ਹੀ ਲੈਣੀ ਹੈ ਜਾਂ ਉਸ ਤੋਂ ਘੱਟ ਵੀ ਕੋਈ ਗੱਲਬਾਤ ਹੋ ਸਕਦੀ ਹੈ ਦੇਖੋ ਆਪਾਂ ਵਿਜ਼ਨ ਬਿਲਕੁਲ ਕਲੀਅਰ ਕਰਤਾ ਲੋਕਾਂ ਸਾਹਮਣੇ ਵੀ ਤੁਸੀਂ ਦੇਖੋ ਅਸੀਂ ਤਾਂ ਸਾਰੀਆਂ ਫਸਲਾਂ ਤੇ MSP ਤੈਅ ਕਰਨ ਦੀ ਔਰ ਉੱਤੇ ਲੀਗਲ ਗਰੰਟੀ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਅਸੀਂ ਕਿਹਾ ਵੀ ਬਾਕੀ ਤਾਂ ਚੱਲ ਤੁਸੀਂ ਕਹਿੰਦੇ ਵੀ ਇਹਦੇ ਲਈ ਵਿਚਾਰ ਕਰਨੀ ਪਊ ਕਮੇਟੀ ਬਣਾਉਣੀ ਪਊ ਪਰ 23 ਫਸਲਾਂ ਦਾ ਤਾਂ ਤੁਸੀਂ ਐਲਾਨ ਕਰ ਦਈ ਜੀ ਤੁਹਾਡਾ ਐਲਾਨ ਹੈਗਾ ਉਹਦੇ ਤੇ ਲੀਗਲ ਗਰੰਟੀ ਕਾਨੂੰਨ ਬਣਾ ਦੇ ਉੱਤੇ ਆਪਣੀ ਚਰਚਾ ਸਾਰੀ ਗਈ ਹੋਈ ਆ ਬਾਕੀ ਮੰਗਾਂ ਤੇ ਵੀ ਸਪਸ਼ਟਤਾ ਸਾਡੀ ਹੈਗੀ ਹੈ ਸਰਕਾਰ ਕੀ ਕਰਦੀ ਹੈਗੀ ਹੈ ਦੇਖੋ ਦਿੱਲੀ 'ਚ ਬਹਿ ਕੇ ਵੀ ਅਸੀਂ ਦੇਸ਼ ਵਿਆਪੀ ਸੱਦੇ ਦੇ ਰਹੇ ਸੀ ਇੱਥੇ ਵੀ ਬਹਿ ਕੇ ਅਸੀਂ ਦੇਸ਼ ਵਿਆਪੀ ਸੱਦੇ ਦੇ ਰਹੇ ਹਾਂ ਗਾਂ ਇਸ ਅੰਦੋਲਨ ਨੂੰ ਹੋਰ ਕਿਵੇਂ ਬਿਲਡ ਕੀਤਾ ਜਾ ਸਕਦੇ ਹੋਰ ਕਿਹੜੇ ਕਿਹੜੇ ਐਕਸ਼ਨ ਆ ਸਕਣ ਗਾਂ ਭਾਜਪਾ ਨੂੰ ਨਿਸ਼ਾਨਾ ਕਿਵੇਂ ਬਣਾ ਸਕਿਆ ਕਿਵੇਂ ਹੋਰ ਬਿਲਡ ਕਰੀਏ ਇਹ ਤਾਂ ਆਉਣ ਵਾਲੇ ਸਮੇਂ ਤੁਹਾਡੇ ਸਾਹਮਣੇ ਆ ਜਾਣਗੇ ਉਹਦੀ ਅੰਦਰ ਲੀਡਰਸ਼ਿਪ ਹਰ ਵਾਰੀ ਵਿਚਾਰ ਕਰ ਹੁਣ ਤਾਂ ਰੇਲ ਰੋਕੋ ਵੀ ਤਾਂ ਦੇਸ਼ ਵਿਆਪੀ ਆਉਤਾ ਇੱਥੇ ਨਹੀਂ ਤੋ ਇਸ ਕਰਕੇ ਅਗਲੇ ਜਿਹੜੇ ਜਿੰਨੇ ਵੀ ਸੱਦੇ ਆ ਜਿੰਨੀ ਦੇਰ ਤੱਕ ਸਰਕਾਰ ਸਾਨੂੰ ਦਿੱਲੀ ਰਾਹ ਖੋਲ ਕੇ ਜਾਣ ਨਹੀਂ ਦਿੰਦੀ ਉਹ ਦਿੰਦੇ ਰਹਾਂਗੇ ਇਹ ਅੰਦੋਲਨ ਇਸ ਕਰਕੇ ਵੱਡਾ ਹੋ ਨਿਬੜਿਆ ਵੀ ਸਾਰੀ ਦੁਨੀਆ ਦੀ ਨਿਗਾਹ ਹੁਣ ਇਹਨਾਂ ਦੇ ਔਰ ਜਿਹੜਾ ਸਾਨੂੰ ਉਹਨਾਂ ਨੇ ਰੋਕਿਆ ਉਹ ਕਹਿੰਦੇ ਸੀ ਅਸੀਂ ਕਿਸਾਨਾਂ ਨੂੰ ਚੱਕਰ ਵਿੱਚ ਫਸਾ ਲਿਆ ਕਈਆਂ ਨੂੰ ਇਹ ਵੀ ਲੱਗਦਾ ਵੀ ਇਹ ਫਸ ਗਏ ਅਸੀਂ ਕਹਿੰਦੇ ਹੁਣ ਬਾਈ ਸਰਕਾਰ ਫਸੀ ਪਈ ਆ ਜੇ ਜਾਣ ਦਿੰਦੀ ਤਾਂ ਵੀ ਸੱਪ ਦੇ ਮੂੰਹ 'ਚ ਕੋਟ ਕਿਲੀ ਆ ਜੇ ਰੋਕਦੀ ਹੈ ਤਾਂ ਕੀ ਜਵਾਬ ਦੀ ਕਿਸਾਨਾਂ ਨੇ ਤਾਂ ਹਾਈਵੇ ਡੱਕੇ ਨਹੀਂ ਹੈਗੇ ਤਾਂ ਜਿਹੜੀ ਪੰਜਾਬ ਦੀ ਅਰਥ ਵਿਵਸਥਾ ਤੇ ਘਾਟਾ ਪੈ ਰਿਹਾ ਹਰਿਆਣੇ ਤੇ ਪੈ ਰਿਹਾ ਜਾਂ ਦਿੱਲੀ ਬੈਰੀਕੇਟਿੰਗ ਉਹਦਾ ਜਵਾਬ ਕੀ ਦਊਗੀ ਸਰਕਾਰ ਤੇ ਸਰ ਇੱਕ ਸਵਾਲ ਇਹ ਖੜਾ ਹੁੰਦਾ ਕਿ MSP ਦੀ ਲੜਾਈ ਤੁਸੀਂ ਲੜ ਰਹੇ ਹੋ MSP ਦੀ ਲੜਾਈ ਪੂਰੇ ਦੇਸ਼ ਦੀ ਹੈ ਮੰਨ ਲਓ ਪੂਰਾ ਦੇਸ਼ ਤਾਂ ਜੇ ਇਸ ਚੀਜ਼ ਲਈ ਤਿਆਰ ਨਹੀਂ ਹੈ ਦੇਖੋ ਜੇ ਪੰਜਾਬ ਦੇ ਕਿਸਾਨ ਨੇ ਇਸ ਵੇਲੇ ਸੜਕਾਂ ਤੇ ਬੈਠੇ ਨੇ ਨਾ ਹਰਿਆਣਾ ਦੇ ਆਏ ਉਸ ਤਰ੍ਹਾਂ ਨਾ ਯੂਪੀ ਦੇ ਆਏ ਨਾ ਬਿਹਾਰ ਦੇ ਨਾ ਮੱਧ ਪ੍ਰਦੇਸ਼ ਨਾ ਗੁਜਰਾਤ ਹੋਰ ਕਿਸੇ ਦੇਸ਼ ਦੇ ਵਿੱਚ ਇਸ ਤਰ੍ਹਾਂ ਅੰਦੋਲਨ ਨਹੀਂ ਹੋ ਰਿਹਾ ਈਵਨ ਕਿ ਦਿੱਲੀ ਦੇ ਵਿੱਚ ਵੀ ਕੋਈ ਐਕਟੀਵਿਟੀ ਨਹੀਂ ਹੋ ਰਹੀ ਤੁਸੀਂ ਕਹੋਗੇ ਵੀ ਉਹ ਨਹੀਂ ਆਣ ਦੇ ਰਹੇ ਇਹ ਤੁਸੀਂ ਕਹੋਗੇ ਤਾਂ ਜਵਾਬ ਪਰ ਜੇ ਇੱਕ ਮੂਵਮੈਂਟ ਬਣਨੀ ਹੁੰਦੀ ਹੈ ਲੋਕਾਂ ਦੇ ਵਿੱਚ ਗੱਲ ਜਾਣੀ ਹੁੰਦੀ ਹੈ ਲੋਕਾਂ ਦੇ ਵਿੱਚ ਉਹ ਗੱਲ ਨਹੀਂ ਗਈ ਪੂਰੇ ਦੇਸ਼ ਦੇ ਵਿੱਚ ਪੰਜਾਬ ਵਾਲੇ ਹਰਿਆਣਾ ਵਾਲਿਆਂ ਦੇ ਵਿੱਚ ਗੱਲ ਗਈ ਹੋਈ ਹੈ ਇਹਨੂੰ ਤੁਸੀਂ ਲੋਕਾਂ ਤੱਕ ਕਿਵੇਂ ਲੈ ਕੇ ਜਾਓਗੇ ਉੱਥੇ ਤਾਂ ਗੱਲ ਹੀ ਨਹੀਂ ਪਹੁੰਚ ਰਹੀ ਤੁਸੀਂ ਉਹਨਾਂ ਨੂੰ MSP ਦਵਾਉਣ ਲਈ ਲੱਗੇ ਹੋਏ ਹੋ ਜਿਨ੍ਹਾਂ ਨੂੰ ਅਜੇ ਇਸ ਚੀਜ਼ ਬਾਰੇ ਸਮਝੇ ਨਹੀਂ ਆ ਵੀ MSP ਕੀ ਹੈ ਦੇਖੋ ਐ ਨਹੀਂ ਹੈਗਾ ਜਿਵੇਂ ਤੁਸੀਂ ਸੋਚਦੇ ਹੈਗੇ ਇਹ ਪਹਿਲੇ ਅੰਦੋਲਨ ਦੀ ਮੰਗ ਵੀ ਸੀਗੀ ਵੀ MSP ਲੀਗਲ ਗਰੰਟੀ ਕਾਨੂੰਨ ਬਣਨਾ ਚਾਹੀਦਾ ਪਹਿਲੇ ਅੰਦੋਲਨ 'ਚ ਉਹਦੀ ਚਿੱਠੀ ਵੀ ਆਈ ਹੋਈ ਆ ਔਰ ਸਾਰੀ ਲੀਡਰਸ਼ਿਪ ਕਹਿੰਦੀ ਹੁੰਦੀ ਵੀ ਅਸੀਂ ਤਾਂ ਇਹ ਪੋਸਟਪੋਨ ਕਰਕੇ ਆਏ ਸੀਗੇ ਠੀਕ ਹੈ ਇਹਨੂੰ ਦੋਹਰੇ ਲੜਿਆ ਜਾਣਾ ਔਰ ਜਿੰਨੀਆਂ ਵੀ ਧਿਰਾਂ ਦੇਸ਼ ਦੀਆਂ ਲੜ ਰਹੀਆਂ ਉਹਦੇ ਵਿੱਚ ਇਹ ਮੰਗ ਰੱਖਦੀਆਂ ਹੈਗੀਆਂ ਨੇ ਜਿੱਥੋਂ ਤੱਕ ਦੇਸ਼ ਦਾ ਸਵਾਲ ਹੈਗਾ ਵਾ ਆਹ ਪੰਜਾਬ ਵਾਲੇ ਮੈਂ ਕਹਿੰਦਾ ਫਿਰ 75,000 ਅਰਧ ਸੈਨਿਕ ਫੋਰਸ ਹਰਿਆਣੇ 'ਚ ਲਾਉਣ ਦੀ ਕੀ ਲੋੜ ਹੈ ਲੜ ਤਾਂ ਅਸੀਂ ਰਹੇ ਹਾਂ ਬਈ ਉਹ ਕੱਢ ਦੇਣ ਫੋਰਸ ਫਿਰ ਬਾਹਰ ਠੀਕ ਆ ਬਈ ਅਸੀਂ ਤਾਂ ਇੱਥੇ ਬਹਿਣ ਦਾ ਫੈਸਲਾ ਕਰ ਲਿਆ ਬਈ ਦਿੱਲੀ ਨੂੰ ਕਿਹੜਾ ਕਿ ਪਾਈ ਬੈਠੇ ਜੇ ਇਸ ਦਾ ਅੰਦੋਲਨ ਨਹੀਂ ਹੈਗਾ ਐ ਨਹੀਂ ਹੈਗਾ ਸਾਊਥ ਇੰਡੀਆ ਵਿੱਚ ਵੱਡੇ ਪੱਧਰ ਤੇ ਅੰਦੋਲਨ ਹੋ ਰਹੇ ਹੈਗੇ ਹਾਂ ਬਾਈ ਜਦੋਂ ਅਸੀਂ ਦਿੱਲੀ ਪਿਛਲੀ ਵਾਰ ਗਈ ਪੰਜਾਬ ਹਰਿਆਣਾ ਗਿਆ ਸੀ ਕਿਹੜਾ ਸੂਬਾ ਗਿਆ ਸੀਗਾ ਇੱਕ ਮਹੀਨੇ ਬਾਅਦ ਉੱਤਰਾਖੰਡ ਦਾ ਜਥਾ ਪਹੁੰਚਿਆ ਸੀ ਹੌਲੀ ਹੌਲੀ ਅੰਦੋਲਨ ਬਿਲਡ ਹੁੰਦਾ ਹੋ ਰਿਹਾ ਬਿਲਡ ਜਿੱਥੇ ਤੱਕ ਜਾ ਰਿਹਾ ਨਹੀਂ ਹੈਗਾ ਵੀ ਬਣੂਗਾ ਨਹੀਂ ਇਹ ਤਾਂ ਆਪੋ ਆਪਣੀ ਜੱਜਮੈਂਟ ਹੈਗੀ ਹੈ ਇੱਕ ਰਾਏ ਇਹ ਚੱਲ ਰਹੀ ਹੈ ਕਿ ਕੁਝ ਦਿਨਾਂ ਬਾਅਦ ਕੋਰਟ ਲੱਗ ਜਾਣਾ ਕੋਰਟ ਲੱਗਣ ਤੋਂ ਬਾਅਦ ਕਿਸਾਨ ਜਿਹੜੇ ਟਰਾਲੀਆਂ 'ਚ ਬੈਠੇ ਨੇ ਉਹ ਵੀ ਇਹ ਸੋਚ ਰਹੇ ਨੇ ਪੰਡਿਤ ਸਾਹਿਬ ਕਿ ਅੱਗੇ ਬਣੇਗਾ ਕੀ ਫਿਰ ਜਾ ਕੇ ਗੱਲ ਮਈ ਜੂਨ ਤੱਕ ਚਲੇ ਜਾਣੀ ਹੈ ਉਹ ਤੁਸੀਂ ਸੋਚ ਰਹੇ ਹੋ ਵਿਚਾਰ ਰਹੇ ਹੋ ਕਿ ਮੰਨ ਲਓ ਇੰਨਾ ਲੰਮਾ ਅੰਦੋਲਨ ਚੱਲਦਾ ਤਾਂ ਲੋਕਾਂ ਨੂੰ ਕਿਹੜੀ ਆਸ ਨਾਲ ਕਿਹੜੀ ਧਰਵਾਸ ਨਾਲ ਤੁਸੀਂ ਇੱਥੇ ਬਿਠਾ ਕੇ ਰੱਖੋਗੇ ਦੇਖੋ ਟਰਾਲੀਆਂ 'ਚ ਬੈਠੇ ਕਿਸਾਨ ਇਹੋ ਜਿਹਾ ਨਹੀਂ ਸੋਚ ਰਹੇ ਨਾ ਸਾਨੂੰ ਆਸ ਦੇਣ ਦੀ ਲੋੜ ਹੈ ਨਾ ਧਰਵਾਸ ਦੇਣ ਦੀ ਲੋੜ ਹੈਗੀ ਇਹ ਤਾਂ ਕਿਸੇ ਨੂੰ ਲੱਗ ਸਕਦਾ ਸਾਨੂੰ ਵਿਜ਼ਨ ਕਲੀਅਰ ਲੱਗਦਾ ਵੀ 75 ਸਾਲ ਹੋ ਗਏ ਸਾਨੂੰ ਮੰਗ 'ਤੇ ਲੜਦੇ ਹਾਂ ਬਾਈ ਜੇ 6 ਮਹੀਨੇ ਹੋਰ ਲੜਨਾ ਪਊ ਸਾਲ ਹੋਰ ਲੜਨਾ ਪਊ ਸਾਡਾ ਵਿਜ਼ਨ ਕਲੀਅਰ ਆ ਲੜ ਲਾਂਗੇ ਬਾਈ ਕੀ ਫਰਕ ਪੈਂਦਾ ਕਿਸੇ ਮਹੀਨਿਆਂ ਦੀ ਗਿਣਤੀ 'ਚੋਂ ਅੰਦੋਲਨ ਨਹੀਂ ਜਿੱਤੇ ਜਾਂਦੇ ਜਦੋਂ ਅਸੀਂ 13 ਨੂੰ ਆਏ ਸੀ ਸਾਨੂੰ ਪਤਾ ਸੀ ਵੀ 40 ਦਿਨਾਂ 'ਚ ਇਹ ਅੰਦੋਲਨ ਨਿਬੜਨ ਵਾਲਾ ਨਹੀਂ ਹੈਗਾ ਜਿਹੜਾ ਅੰਦੋਲਨ WTO ਦੀਆਂ ਨੀਤੀ ਨਾਲ ਟਕਰਾਉਂਦਾ ਹੈਗਾ ਉਹ ਨਹੀਂ ਉਹ ਐਡੀ ਛੇਤੀ ਨਿਬੜਨ ਵਾਲਾ ਨਹੀਂ ਹੈ ਜੇ ਬਾਈ ਐਰਕੀ WTO ਦੇ ਵਿੱਚ ਜਾ ਕੇ 47 ਮੁਲਕਾਂ ਨੇ ਵਿਰੋਧ ਕਰਤਾ ਵੀ ਪੀਸ ਕਲੋਸ ਪੱਕਾ ਕਰ ਦਿਓ ਔਰ ਗਾਹਾਂ ਪੀਸ ਕਲੋਸ ਹੋਰ ਵਾਧਾ ਕਰੋ ਤਾਂ ਕਿਸੇ ਅੰਦੋਲਨ ਦੀ ਹੀ ਦੇਣ ਹੈਗੀ ਆ ਐਂ ਤਾਂ ਨਹੀਂ ਬਈ ਹੋਇਆ ਇਸ ਕਰਕੇ ਪਹਿਲੋਂ ਵੀ ਲੰਮੇ ਦਾਅ ਦੇ ਅੰਦੋਲਨ ਹੀ ਰਿਜ਼ਲਟ ਕੱਢਦੇ ਰਹੇ ਆ ਤੇ ਹੁਣ ਵੀ ਲੰਮੇ ਦਾਅ ਦੇ ਅੰਦੋਲਨ ਹੀ ਰਿਜ਼ਲਟ ਕੱਢਣਗੇ ਇਹ ਲੀਡਰਸ਼ਿਪ ਲੋਕ ਕਦੇ ਨਹੀਂ ਭੱਜਦੇ ਲੀਡਰਸ਼ਿਪ ਨਾ ਭੱਜੇ ਲੋਕ ਨਹੀਂ ਭੱਜਦੇ ਕਦੇ ਤਾਂ ਬਾਈ ਲੀਡਰਸ਼ਿਪ ਤੁਸੀਂ ਇਸ ਅੰਦੋਲਨ ਦੀ ਲੀਡਰਸ਼ਿਪ ਹੋ ਤੁਸੀਂ ਆਪ ਹੀ ਗੱਲ ਮੰਨ ਰਹੇ ਅਸੀਂ ਤਾਂ ਕਹਿ ਰਹੇ ਹਾਂ ਤੁਸੀਂ ਤੁਹਾਨੂੰ ਲੱਗਦਾ ਵੀ ਲੋਕਾਂ ਨੂੰ ਧਰਵਾਸ ਕੋ ਤੁਹਾਡਾ ਸਵਾਲ ਹੈ ਅਸੀਂ ਕਹਿੰਦੇ ਲੋਕ ਨਹੀਂ ਕਦੀ ਭੱਜੇ ਬਾਈ ਲੀਡਰਸ਼ਿਪ ਅੱਜ ਕਾਇਮ ਹੈ ਵੀ ਅਸੀਂ ਤਾਂ ਤੁਹਾਨੂੰ ਦੱਸਤਾ ਵੀ ਜਿੰਨਾ ਲੰਮਾ ਚੱਲੂ ਲੜਾਂਗੇ ਲੋਕ ਨਹੀਂ ਭੱਜਦੇ ਹੈਗੇ ਲੋਕਾਂ 'ਤੇ ਸਾਨੂੰ ਪੂਰਾ ਭਰੋਸਾ
अच्छा एक गल होर है, जिहड़े पंजाब दे व्यापारी ने ओह वी इह गल कह रहे ने कि सानू घाटा पै रहा, सानू समझा नहीं जा रहा, जिहड़ी साडी गल है ਉਹ ਨਹੀਂ ਸੁਣ ਰਹੀ ਜਾ ਰਹੀ ਕਿਉਂਕਿ ਇੱਕ ਉਹ ਪੱਖ ਵੀ ਹੈ ਨਾ। ਪਿਛਲੇ ਵਾਰ ਅੰਦੋਲਨ ਦੇ ਵਿੱਚ ਤੁਹਾਡੇ ਨਾਲ ਆੜਤੀ ਵੀ ਸੀ, ਦੁਕਾਨਦਾਰ ਵੀ ਸੀ, ਵਿਦਿਆਰਥੀ ਸੀ, ਹਰ ਇੱਕ ਜਥੇਬੰਦੀਆਂ ਸੀਗੀਆਂ। ਹੋ ਸਕਦਾ ਇਸ ਵੇਲੇ ਵੀ ਤੁਹਾਡੇ ਨਾਲ ਹੋਣ, ਪਰ ਉਸ ਵੱਡੇ ਰੂਪ ਚ ਨਹੀਂ ਹੈਗੀਆਂ। ਇੱਕ ਨੈਰੇਟਿਵ ਵੀ ਤੁਹਾਡੇ ਖਿਲਾਫ ਇਹ ਲਗਾਤਾਰ ਬਿਲਡ ਹੋ ਰਿਹਾ। ਦੇਖੋ ਸਾਡੇ ਖਿਲਾਫ ਇੰਟਰਵਿਊ ਨਹੀਂ ਹੋ ਰਿਹਾ, ਸ਼ਾਇਦ ਨਹੀਂ ਹੈਗੀਆਂ ਨੇ ਸਾਡੇ ਖਿਲਾਫ, ਐ ਨਹੀਂ ਹੈਗਾ। ਦੂਜਾ ਹੈਗਾ ਵੀ ਦੇਖੋ ਸਾਡੇ ਵਿਰੋਧ ਚ ਤਾਂ ਵਪਾਰੀ ਤਾਂ ਬੋਲਣ ਜੇ ਅਸੀਂ ਇਹ ਹਾਈਵੇ ਜਾਮ ਕੀਤਾ ਹੋਵੇ, ਜਾਂ ਅਸੀਂ ਐਲਾਨ ਕੀਤਾ ਹੋਵੇ ਵੀ ਅਸੀਂ ਸੜਕਾਂ ਪੱਕੇ ਪੈਰੀ ਜਾਮ ਕਰਕੇ ਬੈਠਣੀਆਂ ਨੇ, ਇਹ ਤਾਂ ਨਹੀਂ ਹੈਗਾ ਸਾਡੇ ਵੱਲੋਂ। ਹੁਣ ਬਾਈ ਅਸੀਂ ਕਹਿੰਦੇ ਹਾਂ ਵੀ ਤੁਹਾਡੇ ਰਾਹੀਂ ਅਪੀਲ ਕਰਦੇ ਹਾਂ ਵੀ ਮੋਦੀ ਜੀ, ਬਾਈ ਆਪਾਂ ਤਾਂ ਬੈਠੇ ਤੁਹਾਡੇ ਕੋਲ 250 ਕਿਲੋਮੀਟਰ ਦੂਰ, ਤੁਸੀਂ ਦਿੱਲੀ ਤੋਂ ਘੇਰਾ, ਦਿੱਲੀ ਦੇ ਵਪਾਰੀ ਨੂੰ ਕਿਉਂ ਤੰਗ ਕਰ ਰਹੇ ਜੀ? ਠੀਕ ਹੈ ਜੀ, ਦਿੱਲੀ ਦੀ ਬੈਰੀਕੇਡ ਗਈ ਆ, ਆਹ ਬੈਰੀਕੇਡ ਤੋਂ 100 ਕਿਲੋਮੀਟਰ 3 ਬੈਰੀਕੇਡਿੰਗ ਕਿਉਂ ਆ? ਹਰਿਆਣੇ 'ਚ 75,000 ਅਰਧਸੈਨਿਕ ਫੋਰਸ ਕੋਲ ਆਏ ਹੋਏ, ਬਾਈ ਤੁਸੀਂ ਕੱਲ੍ਹ ਦੀ ਬਜਾਏ ਅੱਜ ਸਾਰਾ ਖੋਲ੍ਹ ਦਿਓ, ਬਾਈ ਅਸੀਂ ਦਿੱਲੀ ਜਾਣ ਨੂੰ ਤਿਆਰ ਆ, ਅਸੀਂ ਤਾਂ ਨਹੀਂ ਰਾਹ ਰੋਕੇ ਹੋਗੇ। ਜੜੀ ਤੇ ਰਸਤਾ ਰੋਕਦੀ ਆ, ਗੁੱਸਾ ਲੋਕਾਂ ਦਾ ਉਹਦੇ ਤੇ ਹੁੰਦਾ ਹੈਗਾ, ਜੜੀ ਤੇ ਰਸਤਾ ਨਹੀਂ ਰੋਕਦੀ ਉਹਨਾਂ ਤੇ ਗੁੱਸਾ ਨਹੀਂ ਹੁੰਦਾ ਹੈਗਾ। ਤਾਂ ਸਾਨੂੰ ਤਾਂ ਇੱਥੇ 20-25 ਬੱਸਾਂ ਵਾਲੇ ਕਹਿ ਕੇ ਆਏ ਵੀ ਜਦੋਂ ਤੁਹਾਡੇ ਬੰਦੇ ਆਉਣਗੇ ਅਸੀਂ ਚੜਾ ਕੇ ਲੈ ਕੇ ਆਵਾਂਗੇ, ਟਰਾਂਸਪੋਰਟ ਕਹਿ ਕੇ ਬਈ। ਵਪਾਰੀ ਕਹਿ ਕੇ ਵੀ ਤੁਹਾਡੀ ਗੱਲ ਹੈ, ਛੋਟਾ ਲਘੂ ਉਦਯੋਗ ਸਾਡੇ ਨਾਲ, ਟੈਕਸੀ ਵਾਲਿਆਂ ਨੇ ਪੰਜਾਬ ਦੇ ਵਿੱਚ ਆਪ ਹੜਤਾਲ ਕਰ ਦਿੱਤੀ ਵਿਆਪਕ ਪੱਧਰ ਤੇ, ਜਿਹੜੀ ਯੂਨੀਵਰਸਿਟੀਆਂ ਦੇ ਨੌਜਵਾਨ ਉਹਨਾਂ ਆਪ ਮੁਜ਼ਾਹਰੇ ਕੀਤੇ ਹੈਗੇ ਬਈ। ਐਂ ਤਾਂ ਕੋਈ ਰੌਲਾ ਨਹੀਂ, ਇਹ ਨਹੀਂ ਰੌਲਾ ਹੈਗਾ, ਜਿਹੜੀ ਪਰਸੈਪਸ਼ਨ ਮੀਡੀਆ 'ਚ ਬਣਾਈ ਜਾ ਰਹੀ ਉਹ ਗਲਤ ਹੈ। ਅੱਛਾ ਸੁਨੀਲ ਜਾਖੜ ਸਾਹਿਬ ਕਹਿੰਦੇ ਕਿ ਆਓ ਸਾਡੇ ਨਾਲ ਗੱਲ ਕਰੋ, ਸਾਨੂੰ ਦੱਸੋ ਤੁਹਾਡਾ ਹੱਲ ਕੀ, ਅਸੀਂ ਕਰਾ ਦਿੰਦੇ ਹਾਂ ਕੇਂਦਰ ਤੋਂ, ਤੁਸੀਂ ਸਾਨੂੰ ਵੀ ਨਹੀਂ ਦੱਸਦੇ। ਕਹਿੰਦੇ ਕੁਝ ਲੋਕ ਉਹ ਇੱਕ ਪਾਸੇ ਤੁਹਾਡੇ ਵੱਲ ਵੀ ਇਸ਼ਾਰਾ ਕਰਦੇ ਨੇ, ਦੂਸਰੇ ਪਾਸੇ ਰਾਜਨੀਤਿਕ ਲੀਡਰਾਂ ਵੱਲ ਵੀ ਇਸ਼ਾਰਾ ਕਰਦੇ ਨੇ, ਕਹਿੰਦੇ ਇਹ ਮੁੰਡੇ ਮਰਾਉਣ ਵਾਸਤੇ ਇੱਥੇ ਬੈਠੇ ਨੇ, ਇਹ ਨੁਕਸਾਨ ਕਰਾਉਣਗੇ। ਦੇਖੋ ਅਸੀਂ ਤਾਂ ਕਹਿੰਦੇ ਹਾਂ ਸੁਨੀਲ ਜਾਖੜ ਨੂੰ, ਤੁਹਾਨੂੰ ਪੁੱਛਦਾ ਕੌਣ ਆ? ਪਹਿਲਾਂ ਇਹ ਦੱਸਦੇ ਸੁਨੀਲ ਵੀ ਤੁਹਾਨੂੰ ਪੁੱਛਦਾ ਕੌਣ ਆ? ਉੱਥੇ ਤਾਂ ਦੋ ਹੀ ਬੰਦਿਆਂ ਦੀ ਚੱਲਦੀ ਆ, ਮੋਦੀ ਜੀ ਤੇ ਅਮਿਤ ਸ਼ਾਹ ਦੀ, ਥੱਲੇ ਤਾਂ ਕੋਈ ਹੈ ਨਹੀਂ ਗਾ। ਬਾਕੀ ਗੱਲ ਆ, ਜਿਹੜੇ ਖੂਨ ਦੇ ਵਿੱਚ ਭਾਜਪਾ ਨੇ ਹੱਥ ਰੰਗ ਲਏ ਆ, ਪ੍ਰਧਾਨ ਮੰਤਰੀ ਰੰਗੇ ਕਿ ਉਹ ਜਾਖੜ ਸਾਹਿਬ ਦੇ ਕਹਿਣ ਢੋਲਣੇ ਨੀ, ਕੱਲੇ ਇੱਥੇ ਨੀ, ਕੱਲ ਲਖੀਮਪੁਰ ਖੀਰੀ ਚ ਵੀ ਰੰਗੇ ਸੀਗੇ, ਉਦੋਂ ਤੇ ਕਹਿੰਦੇ ਇਨਸਾਫ਼ ਦਵਾਤਾ ਇਹ ਦੋਕਾਂ। ਇਹ ਮਤਲਬ ਜਿਹੜਾ ਹਰਿਆਣੇ ਚ ਵੀ ਸ਼੍ਰੀਮਤੀ ਕਾਜਲਾ ਨੂੰ ਡਾਂਗਾ ਮਾਰ ਕੇ ਸ਼ਹੀਦ ਕੀਤਾ, ਬਾਈ ਕਿਹਾ ਜਿਹੜੇ ਤੁਸੀਂ ਖੂਨ ਵਿੱਚ ਸਾਡੇ ਹੱਥ ਰੰਗ ਲਏ ਤੁਹਾਡੇ ਕਹਿਣ ਧੋਪਣ ਵਾਲੇ ਨਹੀਂ ਹੈਗੇ, ਉਹਨੂੰ ਜਿੱਦਾਂ ਮਰਜ਼ੀ ਜਸਟੀਫਿਕੇਸ਼ਨ ਕਰ। ਅੱਛਾ ਪੰਜਾਬ ਦੇ ਵਿੱਚ ਵੀ ਇਸ ਵੇਲੇ ਇਲੈਕਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ, ਤਾਂ ਪੂਰੇ ਮੁਲਕ ਦੇ ਵਿੱਚ ਹੀ ਹੋਣੀਆਂ ਚੋਣਾਂ, ਪਰ ਤੁਹਾਨੂੰ ਕੀ ਨਜ਼ਰ ਆ ਰਿਹਾ ਇਸ ਵੇਲੇ ਪੰਜਾਬ ਦੇ ਵਿੱਚ? ਕਿਉਂਕਿ ਇੱਕ ਪਾਸੇ ਅੰਦੋਲਨ ਚੱਲ ਰਿਹਾ, ਦੂਸਰੇ ਪਾਸੇ ਬੀਜੇਪੀ, ਤੇ ਜੇ ਅਕਾਲੀ ਦਲ ਦਾ ਸਮਝੌਤਾ ਹੋ ਜਾਂਦਾ, ਹਜੇ ਨਹੀਂ ਪਤਾ ਨਹੀਂ ਹੋਣਾ, ਪਤਾ ਨਹੀਂ ਹੋਣਾ, ਇਹ ਗੱਲ ਪਤਾ ਨਹੀਂ, ਹਜੇ ਕਲੀਅਰ ਨਹੀਂ, ਪਰ ਤੁਹਾਨੂੰ ਕੀ ਨਜ਼ਰ ਆ ਰਿਹਾ ਜੇ ਵੱਲੋਂ ਅਲਾਇੰਸ ਹੁੰਦਾ ਤਾਂ ਪੰਜਾਬ ਦੇ ਵਿੱਚ ਕੀ ਸਥਿਤੀ ਬਣ ਸਕਦੀ? ਜਿੱਥੋਂ ਤੱਕ ਇਲੈਕਸ਼ਨ ਦਾ ਸਵਾਲ ਹੈ, ਸਾਡੇ ਤੇ ਕੋਈ ਅਸਰ ਨਹੀਂ। ਪਹਿਲੀ ਵਾਰ ਇਤਿਹਾਸ ਦੱਸੂਗਾ ਵੀ ਦੇਸ਼ ਦੇ ਅੰਦੋਲਨ ਚੱਲ ਰਿਹਾ ਐਡਾ ਵੱਡਾ, ਉਹਦੇ ਵਿੱਚ ਕਿਸਾਨ ਜਿਹੜੇ ਆ ਮਜ਼ਦੂਰ ਅੰਦੋਲਨ ਕਰਨਗੇ, ਉਹ ਆਪ ਦਾ ਏਜੰਡਾ ਸੈੱਟ ਕਰਨਗੇ ਦੇਸ਼ ਦੇ ਸਾਹਮਣੇ। ਜਿੰਨੀਆਂ ਵੀ ਲਕਸ਼ਣਾਂ ਹੋਈਆਂ, ਗਰੀਬੀ ਤੇ ਹੋਗੀ, ਜਾਤ ਪਾਤ ਦੇ ਨਾਂ ਤੇ ਹੋਗੀ, ਧਰਮਾਂ ਦੇ ਵਿੱਚ ਇਮੋਸ਼ਨਲ ਬਲੈਕਮੇਲ ਕਰਕੇ ਹੋਗੀ, ਠੀਕ ਆ, ਜਾਂ ਕਾਰਪੋਰੇਟ ਦੇ ਏਜੰਡਿਆਂ ਤੇ ਅਖੌਤੀ ਵਿਕਾਸ ਤੇ ਹੋਗੀ, ਪਹਿਲੀ ਲਕਸ਼ਣ ਹੋਊਗੀ ਜਿਹਦੇ ਵਿੱਚ ਕਿਸਾਨ ਮਜ਼ਦੂਰ ਅੰਦੋਲਨ ਦੇ ਵਿੱਚ ਆਪ ਦਾ ਏਜੰਡਾ ਫਿੱਟ ਕਰਨਗੇ ਵੀ ਸਾਡਾ ਵੀ ਏਜੰਡਾ ਹੈਗਾ। ਔਰ ਜੇ ਦੇਸ਼ ਦੀ ਰਾਜਨੀਤੀ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਏਜੰਡੇ ਤੇ ਪੂਰੀ ਚੋਣ ਕੰਪੇਨ ਘੁੰਮਦੀ ਹੈ ਤਾਂ ਉਹਨਾਂ ਦੇ ਮਸਲੇ ਹੋਣ ਦੀ ਗੁੰਜਾਇਸ਼ ਵਧੂਗੀ ਘਟੂਗੀ? ਅੱਛਾ ਵੋਟ ਦੀ ਚੋਟ ਦਾ ਵੀ ਇੱਕ ਕਨਸੈਪਟ ਤੁਸੀਂ ਦੇ ਸਕਦੇ ਹੋ, ਕਿਉਂਕਿ ਪਿਛਲੇ ਵਾਰ ਉਸ ਅੰਦੋਲਨ ਚ ਤੁਸੀਂ ਦਿੱਤਾ ਸੀ ਪੱਛਮੀ ਬੰਗਾਲ ਦੇ ਵਿੱਚ ਚੋਣਾਂ ਦੇ ਵਿੱਚ, ਕੀ ਇਸ ਵਾਰ ਵੀ ਉਹ ਦਿੱਤਾ ਜਾ ਸਕਦਾ? ਫਿਲਹਾਲ ਬਾਈ ਇਹਦੇ ਬਾਰੇ ਸੋਚਿਆ ਨਹੀਂ ਹੈਗਾ, ਹਾਲੇ ਤਾਂ ਨਹੀਂ ਸੋਚਿਆ ਹੈਗਾ, ਗਾਂ ਜਾ ਕੇ ਦੇਖਾਂਗੇ। ਹੱਲ ਹੈ, ਉਮੀਦ ਹੈ ਤੁਹਾਨੂੰ ਕਿ ਥੋੜੇ ਦਿਨਾਂ ਚ ਕੋਈ ਗੱਲਬਾਤ ਹੋਏਗੀ? ਦੇਖੋ ਇਹ ਤਾਂ ਸਰਕਾਰ ਦੱਸ ਸਕਦੀ ਹੈ, ਪਰ ਇਹ ਅੰਦੋਲਨ ਦੀਆਂ ਮੰਗਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ। ਉਹਦੀ ਵਜ੍ਹਾ ਵੀ ਸਾਡਾ 2.25 ਕਰੋੜ ਟੱਬਰ ਪੰਜਾਬ 'ਚ ਆ, ਲਗਭਗ 80 ਕਰੋੜ ਦੇਸ਼ ਵਿੱਚ ਆ, ਬਸ ਇਹਨੂੰ ਇਕੱਠਾ ਕਰਨ ਦੀ ਲੋੜ ਆ। ਕੋਈ ਦੁਨੀਆਂ ਦੀ ਤਾਕਤ ਸਾਨੂੰ ਆਪਣੀਆਂ ਮੰਗਾਂ ਬਣਾਉਣ ਤੋਂ ਰੋਕ ਨਹੀਂ ਸਕਦਾ। ਕਿਸਾਨ ਆਗੂ ਸਰਵਣ ਸਿੰਘ ਪਨੇਰ ਸਾਹਿਬ ਨਾਲ ਗੱਲਬਾਤ ਕਰ ਰਹੇ ਸੀ। ਪਨੇਰ ਸਾਹਿਬ ਕਹਿ ਰਹੇ ਨੇ ਕਿ ਅੰਦੋਲਨ ਲੰਬਾ ਚੱਲੂਗਾ, ਇਸ ਗੱਲ ਦੀ ਜਿਹੜੀ ਉਹ ਤਿਆਰੀ ਇਸ ਵੇਲੇ ਕਿਸਾਨਾਂ ਦੀ ਵੀ ਹੈ, ਕਿਸਾਨ ਆਗੂਆਂ ਦੀ ਵੀ ਹੈ, ਪਰ ਦੂਸਰੇ ਪਾਸੇ ਕਹਿ ਰਹੇ ਨੇ ਕਿ ਹੁਣ ਗੱਲਬਾਤ ਹੋਣੀ ਜਾਂ ਨਹੀਂ ਹੋਣੀ ਇਹ ਸਰਕਾਰ ਦੇ ਪਾਲੇ ਦੇ ਵਿੱਚ ਗੇਂਦ ਹੈ। ਕੈਮਰਾਮੈਨ ਰਜਿੰਦਰ ਰਿੱਕੀ ਦੇ ਨਾਲ ਮੈਨੂੰ ਆਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ, ਵੇਖਦੇ ਰਹੋ ਪ੍ਰਾਈਮੀਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।